ਜਾਂ ਕਿੰਨੀਆਂ ਚੀਜ਼ਾਂ ਖਾਂਦੇ ਹਾਂ, ਬ੍ਰੈਡ ਖਾਂਦੇ ਹਾਂ, ਬਿਸਕਿਟ ਖਾਂਦੇ ਹਾਂ, ਕੇਕ ਖਾਂਦੇ ਹਾਂ, ਇਹ ਸਾਰਿਆਂ ਨੂੰ ਬਣਾਉਣ ਲਈ ਵੀ ਇੱਕ ਸੂਖਮ ਜੀਵ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਯੀਸਟ। ਕੀ ਕਹਿੰਦੇ ਬੇਟਾ? ਯੀਸਟ। ਠੀਕ ਹੈ, ਯੀਸਟ ਨਾਲ ਕੀ ਹੁੰਦਾ, ਜਿਹੜਾ ਵੀ ਬੇਕਰੀ ਦਾ ਪ੍ਰੋਡਕਟ ਹੋਏਗਾ, ਯੀਸਟ ਉਹਦੇ ਵਿੱਚ ਇੱਕ ਕਿਰਿਆ ਕਰੇਗਾ, ਉਸ ਕਿਰਿਆ ਨੂੰ ਕਹਿੰਦੇ ਹੈਗੇ ਆ ਫਰਮੈਂਟੇਸ਼ਨ। ਫਰਮੈਂਟੇਸ਼ਨ ਦਾ ਮਤਲਬ ਕਿ ਉਹਦੇ ਵਿੱਚ ਕਿਹੜੀ ਗੈਸ ਪੈਦਾ ਹੋਏਗੀ ਕਿਰਿਆ ਦੇ ਨਾਲ, ਕਾਰਬਨ ਡਾਈਆਕਸਾਈਡ ਗੈਸ ਪੈਦਾ ਹੋਏਗੀ। ਆਪਾਂ ਜਿਵੇਂ ਭੋਜਨ ਖਾਤਾ, ਆਕਸੀਜਨ ਦੀ ਮੌਜੂਦਗੀ 'ਚ ਉਹਦੇ 'ਚ ਕੀ ਬਣਦਾ ਹੈ? ਕਾਰਬਨ ਡਾਈਆਕਸਾਈਡ ਅਤੇ ਪਾਣੀ। ਜੇ ਆਕਸੀਜਨ ਨਾ ਮਿਲੇਗੀ ਉਹਨੂੰ ਤਾਂ ਫਰਮੈਂਟੇਸ਼ਨ ਕਿਰਿਆ ਦੇ ਵਿੱਚ ਕੀ ਬਣੇਗਾ ਆਪਣੇ ਕੋਲ? ਕਾਰਬਨ ਡਾਈਆਕਸਾਈਡ ਗੈਸ ਦੇ ਨਾਲ ਕੀ ਬਣੇਗਾ? ਅਲਕੋਹਲ। ਕੀ ਬਣੇਗਾ? ਕਾਰਬਨ ਡਾਈਆਕਸਾਈਡ ਦੇ ਨਾਲ ਕੀ ਬਣੇਗਾ? ਅਲਕੋਹਲ। ਅਤੇ ਬੇਕਰੀ ਦੇ ਵਿੱਚ, ਬਿਸਕਿਟ ਬਣਾਉਣ ਦੇ ਵਿੱਚ, ਕੇਕ ਬਣਾਉਣ ਦੇ ਵਿੱਚ ਆਪਾਂ ਕਿਹਦੀ ਵਰਤੋਂ ਕਰਦੇ ਹਾਂ? ਯੀਸਟ ਦੀ। ਯੀਸਟ ਕਿਹੜੀ ਕਿਰਿਆ ਕਰਵਾਉਂਦਾ ਹੈ? ਜਿਹਦੇ ਨਾਲ ਕੀ ਫਰਮੈਂਟੇਸ਼ਨ ਕਿਰਿਆ ਕਰਵਾਉਂਦਾ, ਜਿਹਦੇ ਨਾਲ ਕਿਹੜੀ ਗੈਸ ਪੈਦਾ ਹੁੰਦੀ ਹੈ? ਕਾਰਬਨ ਡਾਈਆਕਸਾਈਡ। ਆਪਾਂ ਨੂੰ ਛੋਟੇ ਛੋਟੇ ਛੇਕ ਵੀ ਨਜ਼ਰ ਆਉਂਦੇ ਆ, ਉਹ ਬ੍ਰੈਡ ਦੇ ਉੱਪਰ ਮੋਰੇ ਦੇ ਨਜ਼ਰ ਆਉਂਦੇ ਆ, ਕੇਕ ਵੀ। ਉਹ ਸਾਰੇ ਬੇਕਰੀ 'ਚ ਕਿਹਦੇ ਜ਼ਰੀਏ ਬਣਾਏ ਜਾਂਦੇ ਨੇ? ਯੀਸਟ ਦੇ ਜ਼ਰੀਏ। ਭਟੂਰੇ ਛੋਲੇ ਖਾਂਦੇ ਹਾਂ, ਭਟੂਰਿਆਂ ਦਾ ਜਿਹੜਾ ਮੈਦਾ ਹੁੰਦਾ ਹੈ ਉਹ ਕਿਵੇਂ ਫੁੱਲਦਾ ਹੈ? ਉਹ ਵੀ ਕਿਹਦੇ ਨਾਲ ਫੁੱਲਦਾ ਹੁੰਦਾ? ਯੀਸਟ ਦੇ ਨਾਲ। ਇਹ ਵੀ ਇੱਕ ਕੀ ਹੈ? ਮਾਈਕਰੋ ਔਰਗੈਨਿਜ਼ਮ। ਅਤੇ ਇਹ ਨਾਲ ਦੱਸਿਆ ਅਲਕੋਹਲ, ਸ਼ਰਾਬ ਬਣਾਉਣ ਦੇ ਵਿੱਚ ਵੀ ਕਿਹਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ? ਯੀਸਟ ਦੀ। ਜਿਹਦੇ 'ਚ ਮੇਨ ਕਿਹੜੀ ਕਿਰਿਆ ਯੂਜ਼ ਹੁੰਦੀ ਹੈ? ਫਰਮੈਂਟੇਸ਼ਨ ਕਿਰਿਆ। ਫਰਮੈਂਟੇਸ਼ਨ ਕਿਰਿਆ 'ਚ ਕੀ ਹੁੰਦਾ? ਜਿਹੜੀ ਗਲੂਕੋਜ਼ ਹੈਗੀ ਹੈ, ਜਾਂ ਜੋ ਤੁਸੀਂ ਸੁਕਰੋਸ ਲਿੱਤਾ ਹੈ, ਜਾਂ ਗਲੂਕੋਜ਼ ਜੋ ਵੀ ਸੋਰਸ ਯੂਜ਼ ਕੀਤਾ ਹੈਗਾ, ਉਹ ਕਾਰਬਨ ਡਾਈਆਕਸਾਈਡ ਅਤੇ ਪਾਣੀ 'ਚ ਨਹੀਂ ਬਦਲਦੀ, ਆਕਸੀਜਨ ਦੀ ਗੈਰ ਮੌਜੂਦਗੀ ਦੇ ਵਿੱਚ ਕਾਰਬਨ ਡਾਈਆਕਸਾਈਡ ਅਤੇ ਅਲਕੋਹਲ 'ਚ ਬਦਲ ਜਾਂਦੀ ਹੈ। ਇਸ ਤਰ੍ਹਾਂ ਯੀਸਟ ਦੀ ਵਰਤੋਂ ਆਪਾਂ ਕਿਹਦੇ 'ਚ ਕਰਦੇ ਹਾਂ? ਸ਼ਰਾਬ ਬਣਾਉਣ 'ਚ ਅਤੇ ਅਲਕੋਹਲ ਫੋਰਮੇਸ਼ਨ ਵਿੱਚ ਯੂਜ਼ ਕਰਦੇ ਹਾਂ। ਤਾਂ ਫਿਰ ਜਿਹੜਾ ਯੀਸਟ ਹੈਗਾ ਉਹਨੂੰ ਬੇਕਰੀ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਅਲਕੋਹਲ ਫੋਰਮੇਸ਼ਨ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਵੀ ਇੱਕ ਤਰ੍ਹਾਂ ਦਾ ਕੀ ਹੈ? ਮਾਈਕਰੋ ਆਰਗਨਿਜ਼ਮਸ। ਠੀਕ ਹੈ ਬੱਚੋ, ਕਲੀਅਰ ਹੋ ਗਿਆ? ਪਹਿਲਾਂ ਕੀਤਾ ਆਪਾਂ ਸੋਇਲ ਫਰਟੀਲਿਟੀ ਵਾਸਤੇ ਰਾਈਜ਼ੋਬੀਅਮ ਬੈਕਟੀਰੀਆ, ਜਿਹੜੀ ਸੋਇਲ ਦੀ ਫਰਟੀਲਿਟੀ ਨੂੰ ਕੀ ਕਰਦਾ ਹੈ? ਇਨਕਰੀਜ਼। ਫਿਰ ਆਪਾਂ ਕੀਤਾ ਲੈਕਟੋਬੈਸੀਲਸ, ਜਿਹੜਾ ਦੁੱਧ ਤੋਂ ਦਹੀਂ ਬਣਾਉਣ 'ਚ ਮਦਦ ਕਰਦਾ ਹੈ। ਤੀਸਰੇ ਨੰਬਰ 'ਤੇ ਬੇਟਾ ਆਪਾਂ ਯੀਸਟ ਮਾਈਕਰੋ ਆਰਗੈਨਿਜ਼ਮਸ ਬਾਰੇ ਪੜ੍ਹਿਆ, ਜਿਹਨੂੰ ਆਪਾਂ ਬੇਕਰੀ ਅਤੇ ਅਲਕੋਹਲ ਫੋਰਮੇਸ਼ਨ ਵਿੱਚ ਕੀ ਕਰਦੇ ਹਾਂ? ਯੂਜ਼ ਕਰਦੇ ਹਾਂ। ਚੌਥੇ ਨੰਬਰ 'ਤੇ ਬੇਟਾ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਕਹੀਏ ਫਾਇਦੇਮੰਦ ਵਾਲਾ ਪਾਰਟ ਹੈ ਕਿ ਇਹਨਾਂ ਮਾਈਕਰੋ ਆਰਗੈਨਿਜ਼ਮਸ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ। ਕਈ ਤਰ੍ਹਾਂ ਦੀਆਂ ਕੀ ਬਣਦੀਆਂ ਨੇ? ਦਵਾਈਆਂ। ਇਹਦੇ 'ਚ ਬੇਟਾ ਮੈਂ ਦੋ ਚੀਜ਼ਾਂ ਲਿਖੀਆਂ ਨੇ, ਇੱਕ ਤਾਂ ਲਿਖੇ ਐਂਟੀਬਾਇਓਟਿਕਸ ਅਤੇ ਇੱਕ ਮੈਂ ਲਿਖੇ ਵੈਕਸੀਨਸ। ਦੇਖੋ ਐਂਟੀਬਾਇਓਟਿਕਸ ਕੀ ਹੁੰਦੇ ਨੇ? ਐਂਟੀਬਾਇਓਟਿਕਸ ਮਾਈਕਰੋ ਆਰਗੈਨਿਜ਼ਮਸ ਤੋਂ ਬਣਦੇ ਹੈ। ਜਦੋਂ ਵੀ ਕੋਈ ਡਿਜ਼ੀਜ਼ ਹੋ ਜਾਂਦੀ ਹੈ, ਕੋਈ ਬਿਮਾਰੀ ਹੋ ਜਾਂਦੀ, ਤਾਂ ਡਾਕਟਰ ਕਹਿੰਦੇ ਕਿ ਤੁਸੀਂ ਆਹ ਐਂਟੀਬਾਇਓਟਿਕ ਲੈ ਲਓ, ਜਾਂ ਤਾਂ ਉਹਦੀ ਗੋਲੀ, ਟੇਬਲੇਟ, ਕੈਪਸੂਲ, ਜਾਂ ਉਹਦੇ ਇੰਜੈਕਸ਼ਨ ਲਿਖ ਕੇ ਦਿੰਦੇ ਨੇ। ਇਹਨਾਂ ਐਂਟੀਬਾਇਓਟਿਕਸ ਨੇ ਕੀ ਕਰਨਾ ਹੁੰਦਾ ਹੈ? ਇਹਨਾਂ ਐਂਟੀਬਾਇਓਟਿਕਸ ਨੇ ਆਪਣੇ ਸਰੀਰ ਦੇ ਵਿੱਚ ਜਾ ਕੇ ਜਿਹੜੇ ਮਾਈਕਰੋ ਆਰਗੈਨਿਜ਼ਮ ਕਿਸੇ ਬੈਕਟੀਰੀਆ ਨੇ ਜਾਂ ਕਿਸੇ ਫੰਜਾਈ ਨੇ ਆਪਣੀ ਬੋਡੀ ਦੇ ਅੰਦਰ ਡਿਜ਼ੀਜ਼ ਕੀਤੀ ਹੈ, ਕੋਈ ਬਿਮਾਰੀ ਕੀਤੀ ਹੈ, ਤਾਂ ਉਸ ਆਰਗੈਨਿਜ਼ਮਸ ਨੂੰ ਇਹ ਐਂਟੀਬਾਇਓਟਿਕ ਜਾਂ ਤਾਂ ਉਹਨਾਂ ਦੀ ਗਰੋਥ ਨੂੰ ਰੋਕ ਦਿੰਦੇ ਹੈ, ਜਾਂ ਮਾਈਕਰੋ ਆਰਗੈਨਿਜ਼ਮ ਨੂੰ ਕਿਲ ਕਰ ਦਿੰਦੇ, ਉਹਨਾਂ ਨੂੰ ਖਤਮ ਕਰ ਦਿੰਦੇ। ਤਾਂ ਐਂਟੀਬਾਇਓਟਿਕ ਐਕਸ਼ਨ ਦੀ ਵਾਈਜ਼ ਦੇਖੀਏ ਤਾਂ ਇਹ ਦੋ ਤਰ੍ਹਾਂ ਦੇ ਹੋ ਗਏ, ਜਾਂ ਤਾਂ ਇਹ ਮਾਈਕਰੋ ਆਰਗੈਨਿਜ਼ਮ ਜਿਨ੍ਹਾਂ ਨੇ ਆਪਣੀ ਬੋਡੀ 'ਚ ਜਾ ਕੇ ਕੋਈ ਬਿਮਾਰੀ ਕੀਤੀ, ਜਾਂ ਤਾਂ ਉਹਨਾਂ ਨੂੰ ਖਤਮ ਕਰਨਗੇ, ਜਾਂ ਉਹਨਾਂ ਦੀ ਗਰੋਥ ਨੂੰ ਕੀ ਕਰਨਗੇ, ਘੱਟ ਕਰ ਦੇਣਗੇ। ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਐਂਟੀਬਾਇਓਟਿਕਸ। ਫੋਰ ਇਗਜ਼ਾਮਪਲ, ਕਿਸੇ ਨੂੰ ਟਾਈਫਾਈਡ ਹੋ ਗਿਆ। ਟਾਈਫਾਈਡ ਕੀ ਹੈ? ਇੱਕ ਬੈਕਟੀਰੀਆ ਦੇ ਨਾਲ ਹੋਣ ਵਾਲੀ ਬਿਮਾਰੀ ਹੈ, ਸੈਲਮੋਨੈਲਾ ਟਾਈਫਾਈਡ। ਬੈਕਟੀਰੀਆ ਦੇ ਨਾਲ ਟਾਈਫਾਈਡ ਹੁੰਦਾ ਹੈ, ਉਹਦੇ ਵਾਸਤੇ ਡਾਕਟਰ ਤੁਹਾਨੂੰ ਐਂਟੀਬਾਇਓਟਿਕ ਲਿਖ ਕੇ ਦੇਗਾ। ਉਹ ਐਂਟੀਬਾਇਓਟਿਕ ਉਸ ਹਿਸਾਬ ਦੀ ਲਿਖ ਕੇ ਦੇਗਾ ਜਿਹਦੇ ਨਾਲ ਉਹ ਸੈਲਮੋਨੈਲਾ ਟਾਈਫੀ ਨਾਂ ਦੇ ਜਿਹੜੇ ਬੈਕਟੀਰੀਆ ਨੇ ਉਹ ਬੋਡੀ ਦੇ ਅੰਦਰ ਕੀ ਹੋਣ, ਹੌਲੀ ਹੌਲੀ ਖਤਮ ਹੋ ਜਾਣ ਅਤੇ ਬੋਡੀ ਤੋਂ ਹੋਰ ਨਿਕਲ ਜਾਣ ਅਤੇ ਉਹ ਆਪਣੀ ਜਿਹੜੀ ਬੋਡੀ ਹੈ ਉਹ ਸਹੀ ਵਰਤ ਕਰਨ ਲੱਗ ਜਾਣ। ਉਹਨਾਂ ਨੂੰ ਆਪਾਂ ਕੀ ਕਹਿੰਦੇ? ਐਂਟੀਬਾਇਓਟਿਕਸ। ਸਭ ਤੋਂ ਪਹਿਲੀ ਐਂਟੀਬਾਇਓਟਿਕ ਬੇਟਾ ਪੈਨਸਲੀਨ ਸੀ। ਸਭ ਤੋਂ ਪਹਿਲੀ ਐਂਟੀਬਾਇਓਟਿਕ ਕਿਹੜੀ ਸੀ? ਪੈਨਸਲੀਨ, ਜਿਹਨੂੰ ਉੱਲੀ ਤੋਂ ਬਣਾਇਆ ਗਿਆ ਸੀ। ਕਿਹਦੇ ਤੋਂ ਬਣਾਇਆ ਗਿਆ ਸੀ? ਪੈਨੀਸੀਲੀਅਮ ਨਾਂ ਦੀ ਉੱਲੀ ਤੋਂ ਬਣਾਇਆ ਗਿਆ ਸੀ। ਇਸ ਦੀ ਖੋਜ ਕੀਤੀ ਸੀ ਅਲੈਗਜ਼ੈਂਡਰ ਫਲੇਮਿੰਗ। ਤਾਂ ਇਹ ਵੀ ਕੁਸ਼ਚਨ ਪੁੱਛਿਆ ਜਾ ਸਕਦਾ, ਤੁਹਾਡੇ ਇੱਕ ਨੰਬਰ ਦੇ ਵਿੱਚ ਆ ਜਾਂਦਾ ਕਿ ਸਭ ਤੋਂ ਪਹਿਲੀ ਐਂਟੀਬਾਇਓਟਿਕ ਕਿਹੜੀ ਸੀ? ਪੈਨਸਲੀਨ ਸੀ। ਬਣਾਈ ਕਿਹਦੇ ਤੋਂ ਗਈ ਸੀ? ਪੈਨੀਸੀਲੀਅਮ ਨਾਂ ਦੀ ਉੱਲੀ ਤੋਂ ਬਣਾਈ ਗਈ ਸੀ। ਅਤੇ ਇਹਦੀ ਖੋਜ ਕਿਹਨੇ ਕੀਤੀ ਸੀ? ਅਲੈਗਜ਼ੈਂਡਰ ਫਲੇਮਿੰਗ ਨੇ। ਇਸ
ਦੇ ਜ਼ਰੀਏ ਕਿਸੇ ਨੂੰ ਵੀ ਕੋਈ ਬੈਕਟੀਰੀਅਲ ਡਿਜ਼ੀਜ਼ ਹੈ ਤਾਂ ਇਸ ਉੱਲੀ ਦੇ ਜ਼ਰੀਏ ਜਿਹੜੀ ਆ ਪੈਨਸਲਿਨ ਬਣਾਈ ਗਈ ਤਾਂ ਉਹਨਾਂ ਬੈਕਟੀਰੀਆ ਨੂੰ ਬੋਡੀ ਦੇ ਅੰਦਰ ਕਿਲ ਕਰਕੇ ਜਿਹੜੀ ਬੋਡੀ ਹੈ ਉਹਦੀ ਜਿਹੜਾ ਪ੍ਰੋਸੈਸ ਹੈ ਉਹਨੂੰ ਸਹੀ ਕੀਤਾ ਜਾ ਸਕਦਾ। ਐਂਟੀਬਾਇਓਟਿਕਸ ਹੋਰ ਵੀ ਕਈ ਤਰ੍ਹਾਂ ਦਿੰਦੇ ਆ, ਸਟੈਪਟੋਮਾਈਸਿਨ, ਟੈਟਰਾਸਾਈਕਲਿਨ, ਇਹ ਸਾਰੇ ਕੀ ਨੇ? ਐਂਟੀਬਾਇਓਟਿਕ ਇਹ ਦਵਾਈਆਂ ਨੇ ਜਿਹੜੀਆਂ ਮਾਈਕਰੋ ਔਰਗਨਿਜ਼ਮਸ ਤੋਂ ਹੀ ਬਣਦੀਆਂ ਨੇ। ਸਰੀਰ ਦੇ ਵਿੱਚ ਬਾਹਰ ਤੋਂ ਕੋਈ ਫੋਰਨ ਪਾਰਟੀਕਲ ਜਾਂ ਮਾਈਕਰੋ ਔਰਗਨਿਜ਼ਮ ਆ ਗਿਆ ਜਿਹੜੀ ਆਪਣੀ ਬੋਡੀ ਦਾ ਹਿੱਸਾ ਨਹੀਂ ਹੈਗਾ, ਆਪਣੇ ਸਰੀਰ ਨੂੰ ਬਿਮਾਰ ਕਰੀ ਜਾਂਦਾ, ਤਾਂ ਉਹਨੂੰ ਠੀਕ ਕਰਨ ਵਾਸਤੇ ਪਰਟੀਕੁਲਰ ਐਂਟੀਬਾਇਓਟਿਕ ਯੂਜ਼ ਕੀਤੀ ਜਾਂਦੀ ਹੈ। ਉਸ ਐਂਟੀਬਾਇਓਟਿਕ ਹਰੇਕ ਬੈਕਟੀਰੀਅਲ ਇਨਫੈਕਸ਼ਨ ਵਾਸਤੇ ਅਲੱਗ ਐਂਟੀਬਾਇਓਟਿਕ ਹੁੰਦੀ ਹੈ। ਇਹ ਨਹੀਂ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਜਿਹੜੀ ਮਰਜ਼ੀ ਐਂਟੀਬਾਇਓਟਿਕ, ਠੀਕ ਹੈ ਬੇਟਾ? ਜਿਵੇਂ ਟੀ ਬੀ ਹੈ, ਟੀ ਬੀ ਵਾਸਤੇ ਅਲੱਗ ਐਂਟੀਬਾਇਓਟਿਕ ਹੋਏਗੀ, ਟੀ ਬੀ ਵਾਸਤੇ ਅਲੱਗ ਆਪਾਂ ਐਂਟੀਬਾਇਓਟਿਕ ਯੂਜ਼ ਕਰਾਂਗੇ। ਕਿਸੇ ਨੂੰ ਟਾਈਫਾਈਡ ਹੈ ਉਹਦੇ ਵਾਸਤੇ ਅਲੱਗ ਯੂਜ਼ ਕਰਾਂਗੇ, ਸਾਰਿਆਂ ਵਾਸਤੇ ਇੱਕੋ ਐਂਟੀਬਾਇਓਟਿਕ ਨਹੀਂ ਹੋ ਸਕਦਾ, ਠੀਕ ਹੈ ਜੀ? ਐਂਟੀਬਾਇਓਟਿਕ ਜਿਹੜੇ ਹੈ ਉਹ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ, ਆਪਦੀ ਮਰਜ਼ੀ ਨਾਲ ਨਹੀਂ ਲੈਣਾ। ਇਹਦਾ ਇੱਕ ਕੋਰਸ ਹੁੰਦਾ, 3 ਦਿਨ ਦਾ ਕੋਰਸ ਕਈ ਵਾਰੀ ਡਾਕਟਰ ਦਿੰਦੇ ਆ, ਕਈ ਵਾਰੀ 5 ਦਿਨ ਦਾ, ਕਈ ਵਾਰੀ 7 ਦਿਨ ਦਾ। ਹੁਣ ਟੀ ਬੀ ਦੇ ਵਿੱਚ 3 ਮਹੀਨੇ, 6 ਮਹੀਨੇ, 9 ਮਹੀਨੇ ਦਾ ਕੋਰਸ ਹੁੰਦਾ, ਅਤੇ ਡਾਕਟਰ ਜਿੰਨੀ ਦੇਰ ਤੱਕ ਤੁਹਾਨੂੰ ਕਹੇ ਉੰਨੀ ਹੀ ਡੋਜ਼ ਲੈਣੀ ਚਾਹੀਦੀ ਹੈ। ਨਾ ਡੋਜ਼ ਨੂੰ ਘੱਟ ਕਰਨਾ ਚਾਹੀਦਾ, ਨਾ ਹੀ ਵੱਧ ਕਰਨਾ ਚਾਹੀਦਾ। ਦੇਖੋ ਜੇ ਆਪਾਂ ਡੋਜ਼ ਜ਼ਰੂਰਤ ਤੋਂ ਜ਼ਿਆਦਾ ਲਵਾਂਗੇ ਤਾਂ ਕੀ ਹੋਏਗਾ, ਜਿਹੜੇ ਯੂਜ਼ਫੁੱਲ ਮਾਈਕਰੋ ਔਰਗਨਿਜ਼ਮ ਹੈ ਉਹ ਵੀ ਆਪਣੀ ਬੋਡੀ ਦੇ ਅੰਦਰ ਖਤਮ ਹੋ ਜਾਣਗੇ, ਜਿਹੜੇ ਆਪਣੇ ਸਰੀਰ ਦੀ ਜ਼ਰੂਰੀ ਹੈ ਜੇ ਆਪਾਂ ਜ਼ਿਆਦਾ ਐਂਟੀਬਾਇਓਟਿਕ ਲਾਂਗੇ। ਹਾਂ, ਜੇ ਆਪਾਂ ਘੱਟ ਲਾਂਗੇ ਜਿਹੜੇ ਅੰਦਰ ਵਧੀ ਜਾਂਦੇ ਉਹਨਾਂ ਨੇ ਖਤਮ ਨਹੀਂ ਹੋਣਾ, ਉਹ ਤਾਂ ਹੋਰ ਵਧੀ ਜਾਣਗੇ ਤਾਂ ਸਰੀਰ ਨੂੰ ਹੋਰ ਬਿਮਾਰ ਕਰੋਗੇ। ਤਾਂ ਡਾਕਟਰ ਦੀ ਐਡਵਾਈਸ ਦੇ ਅੰਦਰ ਦੀ ਐਂਟੀਬਾਇਓਟਿਕ ਜਿੰਨੀ ਡੋਜ਼ ਚਾਹੀਦੀ ਹੈ ਉੰਨੀ ਹੀ ਲੈਣੀ ਚਾਹੀਦੀ, ਠੀਕ ਹੈ ਬੇਟਾ? ਉਸ ਤੋਂ ਬਾਅਦ ਐਂਟੀਬਾਇਓਟਿਕ ਜਿਹੜੇ ਨੇ ਉਹ ਬੈਕਟੀਰੀਆ ਨੂੰ ਕਿਲ ਕਰਨ ਵਾਸਤੇ ਆਪਾਂ ਸਿਰਫ ਵਰਤ ਸਕਦੇ ਹਾਂ। ਵਾਇਰਸ ਕਿਸੇ ਐਂਟੀਬਾਇਓਟਿਕ ਨਾਲ ਕਿਲ, ਕਰੋਨਾ ਵਾਇਰਸ ਹੈ, ਇਹਦੇ ਲਈ ਜਿਹੜੀ ਮਰਜ਼ੀ ਐਂਟੀਬਾਇਓਟਿਕ ਦੇ ਦਿਉ ਕੋਈ ਅਸਰ ਹੀ ਨਹੀਂ ਹੈਗਾ, ਕਿਉਂਕਿ ਵਾਇਰਸ ਜਿਹੜੇ ਹੈਗੇ ਨੇ ਇਹ ਸਿਰਫ ਜਿੰਦਾ ਸੈੱਲ ਦੇ ਅੰਦਰ ਹੀ ਆਪਦੀ ਗਰੋਥ ਸ਼ੋਅ ਕਰਦੇ ਨੇ। ਜੇ ਬਾਹਰ ਕਿਸੇ ਸਰਫੇਸ 'ਤੇ ਪਏ ਨੇ ਤਾਂ ਐਵੇਂ ਜਿਵੇਂ ਡੈੱਡ ਨੇ। ਜੇ ਉਹਨੂੰ ਕੋਈ ਹੋਸਟ ਮਿਲਦਾ ਹੈ, ਪਲਾਂਟ ਸੈੱਲ ਮਿਲਦਾ ਹੈ, ਐਨੀਮਲ ਸੈੱਲ, ਉਹਦੇ ਅੰਦਰ ਜਾ ਕੇ ਮਲਟੀਪਲਾਈ ਕਰਦੇ ਨੇ, ਪਰ ਇਹ ਕਿਸੇ ਐਂਟੀਬਾਇਓਟਿਕ ਨਾਲ ਖਤਮ ਨਹੀਂ ਹੁੰਦੇ। ਐਂਟੀਬਾਇਓਟਿਕ ਨਾਲ ਸਿਰਫ ਆਪਾਂ ਕੀ ਖਤਮ ਕਰ ਸਕਦੇ ਹਾਂ? ਬੈਕਟੀਰੀਆ, ਜਾਂ ਤਾਂ ਉਹਨਾਂ ਦੀ ਗਰੋਥ ਨੂੰ ਰੋਕ ਸਕਦੇ ਹਾਂ, ਜਾਂ ਬੈਕਟੀਰੀਆ ਨੂੰ ਕੀ ਕਰ ਸਕਦੇ ਹਾਂ ਆਪਾਂ, ਕੀ ਕਰ ਸਕਦੇ, ਠੀਕ ਹੈ ਬੇਟਾ? ਸਮਝ ਲੱਗ ਗਿਆ ਐਂਟੀਬਾਇਓਟਿਕ ਕੀ ਹੁੰਦੇ ਨੇ? ਜਿਹੜੇ ਮਾਈਕਰੋ ਔਰਗਨਿਜ਼ਮਸ ਤੋਂ ਹੀ ਬਣਦੇ ਨੇ, ਜਿਹੜੇ ਆਪਣੇ ਸਰੀਰ ਦੇ ਅੰਦਰ ਬਾਹਰ ਤੋਂ ਕੋਈ ਫੋਰਨ ਪਾਰਟੀਕਲ ਜਾਂ ਮਾਈਕਰੋ ਔਰਗਨਿਜ਼ਮ ਆ ਗਏ ਜੋ ਆਪਣੀ ਬੋਡੀ ਦਾ ਹਿੱਸਾ ਨਹੀਂ ਹੈ ਅਤੇ ਆਪਣੇ ਸਰੀਰ ਨੂੰ ਬਿਮਾਰ ਕਰੀ ਜਾਂਦੇ ਨੇ, ਉਹਨਾਂ ਨੂੰ ਖਤਮ ਕਰਨ ਵਾਸਤੇ ਆਪਾਂ ਕਿੰਨੀ ਵਰਤੋਂ ਕਰਦੇ ਹਾਂ ਐਂਟੀਬਾਇਓਟਿਕ? ਸਭ ਤੋਂ ਪਹਿਲੀ ਐਂਟੀਬਾਇਓਟਿਕ ਕਿਹੜੀ ਸੀ? ਪੈਨਸਲਿਨ, ਜਿਹਨੂੰ ਪੈਨੀਸੀਲੀਅਮ ਨਾਮ ਦੀ ਉੱਲੀ ਤੋਂ ਕਿਹਨੇ ਬਣਾਇਆ ਸੀ? ਅਲੈਗਜ਼ੈਂਡਰ ਫਲੇਮਿੰਗ ਨੇ। ਹੁਣ ਤਾਂ ਮਾਰਕੀਟ ਵਿੱਚ ਕਈ ਤਰ੍ਹਾਂ ਦੀ ਐਂਟੀਬਾਇਓਟਿਕ ਅਵੇਲੇਬਲ ਹੈ, ਪਰ ਹਮੇਸ਼ਾ ਡਾਕਟਰ ਦੀ ਐਡਵਾਈਸ ਦੇ ਨਾਲ ਹੀ ਐਂਟੀਬਾਇਓਟਿਕ ਲੈਣੀ ਚਾਹੀਦੀ ਹੈ। ਵਾਇਰਸਿਸ 'ਤੇ ਇਹਦਾ ਕੋਈ ਵੀ ਅਸਰ ਨਹੀਂ, ਠੀਕ ਹੈ? ਉਸ ਤੋਂ ਬਾਅਦ ਹੈ ਵੈਕਸੀਨ। ਦੇਖੋ ਬੇਟਾ, ਵੈਕਸੀਨ ਸਕੀਮ, ਆਪਣੀ ਬੋਡੀ 'ਚ ਕੋਈ ਇਨਫੈਕਸ਼ਨ ਹੋਈ, ਠੀਕ ਹੈ, ਆਪਣੀ ਬੋਡੀ ਆਪਣੇ ਆਪ ਹੀ ਐਂਟੀਬੋਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਆਪਣੇ ਸਰੀਰ ਦੇ ਵਿੱਚ। ਮਤਲਬ ਕਿ ਜਿਹੜਾ ਆਪਣਾ ਬੋਡੀ ਦਾ ਸਿਸਟਮ ਹੀ ਇੰਨਾ ਵਧੀਆ ਹੈ ਕਿ ਐਂ ਤਾਂ ਆਪਾਂ ਨੂੰ ਮਾੜੀ ਮੋਟੀ ਮਿੱਟੀ 'ਚ ਰਹਿੰਦੇ ਹਾਂ, ਕਿੱਥੇ ਜਾਂਦੇ, ਮਾੜੀ ਮੋਟੀ ਇਨਫੈਕਸ਼ਨ ਹੁੰਦੀ ਹੈ, ਨਹੀਂ ਤਾਂ ਆਪਾਂ ਰੋਜ਼ ਬਿਮਾਰ ਹੋ ਜਾਵਾਂਗੇ। ਤਾਂ ਬੋਡੀ ਦਾ ਆਧਾ ਵੀ ਮਕੈਨਿਜ਼ਮ ਹੁੰਦਾ ਹੈ, ਤਾਂ ਉਹ ਬੋਡੀ 'ਚ ਕੀ ਆਪਣੀ ਬੋਡੀ 'ਚ ਕੋਈ ਬਾਹਰ ਤੋਂ ਪਾਰਟੀਕਲ ਆਏਗਾ ਉਹਦੇ ਲਈ ਕੀ ਬਣਨਗੀਆਂ? ਐਂਟੀਬੋਡੀਜ਼। ਉਹ ਫੋਰਨ ਪਾਰਟੀਕਲ ਜਾਂ ਮਾਈਕਰੋ ਔਰਗਨਿਜ਼ਮ ਨੂੰ ਕਿਲ ਕਰਨ ਦੀ ਕੋਸ਼ਿਸ਼ ਕਰਨਗੀਆਂ। ਹੁਣ ਜਿਹੜਾ ਬਾਹਰ ਤੋਂ ਆ ਰਿਹਾ ਮਾਈਕਰੋ ਔਰਗਨਿਜ਼ਮ ਜੇ ਉਹ ਖਤਰਨਾਕ ਹੈ, ਜਿਵੇਂ ਆਪਾਂ ਲੈਂਦੇ ਸਮਾਲ ਪੌਕਸ, ਠੀਕ ਹੈ, ਚਿਕਨ ਪੌਕਸ ਜਾਂ ਕੁਛ ਵੀ ਹੈ, ਇਹਦੇ ਨਾਲ ਪੋਲੀਓ ਹੋ ਗਿਆ। ਹੁਣ ਤਾਂ ਪੋਲੀਓ ਖਤਮ ਹੋ ਗਿਆ ਨਾ, ਕਿਸੇ ਟਾਈਮ 'ਤੇ ਤਾਂ ਪੋਲੀਓ ਇੰਨਾ ਜ਼ਿਆਦਾ ਸੀ ਕਿ ਇਹ ਦਿੱਕਤ ਸੀ ਪੈਰ 'ਚ ਹੈ, ਕਿਸੇ ਦੇ ਮੂੰਹ ਵਿੱਚ ਹੈ ਪੋਲੀਓ, ਜਿਹਦੇ ਨਾਲ ਇਹ ਪੋਲੀਓ ਜਿਹੜਾ ਹੁੰਦਾ ਮੀਨਿੰਗ ਵਾਇਰਸ ਦੇ ਨਾਲ, ਪੋਲੀਓ ਕਿਹਦੇ ਨਾਲ ਹੁੰਦਾ, ਵਾਇਰਸ ਦੇ ਨਾਲ ਹੁੰਦਾ। ਤਾਂ ਫਿਰ ਉਹ ਕੀ ਹੋਏਗਾ, ਉਹ ਤਾਂ ਫਿਰ ਇੱਕ ਵਾਰ ਪ੍ਰੋਬਲਮ ਹੋਊਗੀ ਤਾਂ ਉਹ ਸਹੀ ਨਹੀਂ ਹੋਏਗੀ। ਤਾਂ ਉਹ ਇਸੇ ਲਈ ਕੀ ਕੀਤਾ ਗਿਆ, ਇੱਕ ਮੈਡੀਸਿਨ ਬਣਾਏਗੀ ਜਿਹਦਾ ਕੀ ਨਾਮ ਹੈ ਵੈਕਸੀਨ। ਇਹਦੇ 'ਚ ਕੀ ਕਰਦੇ ਹੈ, ਵੀ ਡੋਜ਼ ਆਫ ਪੈਥੋਜਨਸ।